ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਤੇ ਬਾਦ ਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਤੇ ਪੰਜਾਬ ਸਰਕਾਰ ਨੇ ਬਣਾਈ ਸੜਕ ਜਿਹਨਾਂ ਨੂੰ ਉਸ ਤੋਂ ਪੰਜਾਬ ਦੇ ਮਾਨਸਾ ਦੇ ਵਿੱਚ ਸੜਕ ਦਾ ਨਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ਦੇ ਉੱਤੇ ਰੱਖਿਆ ਗਿਆ ਹੈ। ਮੰਡੀ ਬੋਰਡ ਨੇ ਆਰਾਮ ਦਿੱਤਾ ਰੋਡ ਦਾ ਨਾਂ ਬਦਲ ਦਿੱਤਾ ਹੈ ਤੇ 26 ਜਨਵਰੀ ਨੂੰ ਮਾਨਸਾ ਪਹੁੰਚੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਇਹ ਐਲਾਨ ਕੀਤਾ ਹੈ। ਮੰਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਆ ਕਤਲੇਆਮ ਦੇ ਸਾਰੇ ਦੋਸ਼ੀगण ਗ੍ਰਿਫਤਾਰ ਕਰ ਲਿਆ ਗਿਆ ਹੈ। ਅਤੇ ਵਿਦੇਸ਼ਾਂ ਦੇ ਵਿੱਚ ਆ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਲਗਾਤਾਰ ਸਰਕਾਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਸੁਰੱਖਿਆ ਆ ਲੀਕ ਬੈਚਾ ਪਾਰਟੀ ਦਾ ਕੋਈ ਮੈਂਬਰ ਹੁਣ ਤੇ ਵੀ ਕਾਰਵਾਈ ਕੀਤੀ ਜਾਵੇਗੀ ਤੇ ਮੁੱਖ ਮੰਤਰੀ ਦੇ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮੂਸੇਬਾਲਾ ਦੇ ਪਰਿਵਾਰ ਦਾ ਦੁੱਖ ਅਸਹਿ ਹੈ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਰੀਬਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਤਾਂ ਦੋਸਤੋ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਰੀਬਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਦਰਾਨ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਨਸ਼ੇ ਦੇ ਵਧਰੇ ਰੁਝਾਨ ਦੇ ਖਿਲਾਫ ਪੁਲਿਸ ਨੂੰ ਵੀ ਅਪੀਲਾ ਕਰ ਰਹੇ ਹੁੰਦੇ ਸਬੰਧਤ ਥਾਣੇ ਦੇ ਅੱਗੇ ਵੀ ਧਾਰਨਾ ਦਿੱਤਾ ਜਾ ਰਿਹਾ ਪਰ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੇ ਸੂਬਾ ਪ੍ਰਧਾਨ ਬਜਤਰ ਸਿੰਘਾ ਕੋਟਲਾ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦਰਾਨ ਪੁਲਿਸ ਦੇ ਬਲੋ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਨੂੰ ਹਰਾਸਤ ਵਿੱਚ ਲਿਆ ਗਿਆ ਤੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਜ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਦੇ ਲਈ ਅਮਰਸਰ ਆ ਰਹੇ ਹਨ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸ੍ਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੀ ਵਾਲੇ ਬਟਨ ਨੂੰ ਦਬਕੇ ਆਲਟੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਗਲੀ ਖਬਰ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ 400 ਮਹੱਲਾ ਕਲੀਨਿਕ ਸਮਰਪਿਤ ਕੀਤੇ। ਜੀ ਆਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਹਨਾਂ ਦੇ ਹਮਰਤਬਾ ਅਰਵਿੰਦ ਕੇਜਰੀਵਾਲ ਨੇ ਅੱਜ 400 ਨਵੇਂ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ। ਨਵੇਂ ਕਲੀਨਿਕਾਂ ਦੇ ਨਾਲ ਰਾਜ ਦੇ ਵਿੱਚ ਅਜਿਹੇ ਕੇਂਦਰਾਂ ਦੀ ਕੁੱਲ ਗਿਣਤੀ 500 ਹੋ ਗਈ ਹੈ ਤੇ ਇਸ ਮੌਕੇ ਸ਼੍ਰੀ ਕੇਜਰੀਵਾਲ ਨੇ ਕਹਿ ਕੇ ਉਹਨਾਂ ਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਆਪ ਸਰਕਾਰ ਨੇ ਸਰਪਾ 10ਵੀਂ ਨਬੈਚਾ 500 ਮਹੱਲਾ ਕਲੀਨਕਾ ਖੋਲੇ ਹਨ। ਅਗਲੀ ਖਬਰ ਪੰਜਾਬ ਦੇ ਇਸ ਜੱਜ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਮਿਲਿਆ ਤੋਫਾ ਸਭ ਦੇ ਚਿਹਰਿਆਂ ਤੇ ਆਈ ਰੌਣਕ। ਗੰਤਾ ਅੰਤਰਾ ਦਿਹਾੜੀ ਅਤੇ ਬਸੰਤ ਪੰਜਵੇਂ ਤੇ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਨੇ ਕਮਿਸ਼ਨਰ ਰੇਟ ਲੁਧਿਆਣਾ ਵਿੱਚ ਕਾਮਕਾਰ ਦੇ 76 ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ ਹੈ। ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਇਹ ਸਮਾਂ ਆ ਬਾਉਂਡਰ ਤਰੱਕੀ ਹੈ ਜੋ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਜੇ ਹੋਣੀ ਹੈ ਪਰ ਪੰਜਾਬ ਦੇ ਵਿੱਚ ਸਿਰਫ ਲੁਧਿਆਣਾ ਅਜਿਹਾ ਜ਼ਿਲ੍ਹਾ ਜਿੱਥੇ ਮਲਾਇਮਾਂ ਨੂੰ ਤਰੱਕੀ ਦੇ ਕੇ ਤੂਫਾਨ ਦਿੱਤਾ ਗਿਆ ਹੈ। ਅਗਲੀ ਖਬਰ ਹੁਣ 4 ਤੋਂ ਲੈ ਕੇ 6 ਰੁਪਏ ਕਿਲੋ ਸਸਤੀ ਹੋ ਸਕਦੀ ਹੈ ਕਣਕ। ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ। ਜੀ ਆਂ ਦੋਸਤੋ ਮੰਗਾਈ ਦੇ ਮੋਰਚੇ ਤੇ ਆਮ ਆਦਮੀ ਨੂੰ ਵੱਡੀ ਰਾਹਤ। ਆ ਮਿਲਣ ਦੀ ਉਮੀਦਾਂ ਤੇ ਕਿਉਂਕਿ ਕਣਕ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਕਾਰੋਬਾਰੀ ਜਗਤ ਅਤੇ ਮੰਡੀ ਦੇ ਸੂਤਰਾਂ ਦੇ ਅਨੁਸਾਰ ਸਰਕਾਰ ਦੇ ਵੱਲੋਂ 30 ਲੱਖ ਟਨ ਕਣਕ ਖੁੱਲੀ ਮੰਡੀ ਵਿੱਚ ਵੇਚਣ ਦੇ ਲਏ ਗਏ ਫੈਸਲੇ ਦੇ ਨਾਲ ਕਣਕ ਅਤੇ ਆਟੇ ਦੀਆਂ ਕੀਮਤਾਂ ਵਿੱਚ 4 ਤੋਂ ਲੈ ਕੇ 6 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆ ਸਕਦੀ ਹੈ ਜਿਸ ਦੇ ਨਾਲ ਗਰੀਬ ਵਰਗ ਨੂੰ ਕਾਫੀ ਫਾਇਦਾ ਹੋਵੇਗਾ ਭਾਰਤ ਨੇ ਗਣਤੰਤਰ ਦੇ ਇਸ ਮੌਕੇ 17 ਕੇਦੀਆਂ ਨੂੰ ਰਿਹਾਈ ਦਾ ਦਿੱਤਾ ਤੋਪਾ ਜੀਆ ਦੋਸਤੋ ਭਾਰਤ ਨੇ 72ਵੇਂ ਗਾਂਤਾ ਅੰਤਰਾ ਅਦਵਸ ਦੇ ਸ਼ੋਭਾ ਦਿਹਾੜੇ ਮੌਕੇ 17 ਪਾਕਿਸਤਾਨੀ ਕੈਦਗੀਆਂ ਨੂੰ ਰਿਹਾਈ ਦਾ ਤੋਹਫਾ ਦਿੱਤਾ ਅਤੇ ਪੁਲਿਸ ਚੌਂਕੀ ਕਹਨਗੜ੍ਹ ਵਿਖੇ ਤਨਾਤ ASI ਦਲਵੀਰ ਸਿੰਘ ਗੁਰਾਇਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਜਰਾਤ ਪੁਲਿਸ ਕੈਦਗੀਆਂ ਨੂੰ ਤੜਕਸਾਰ ਅਟਾਰੀ ਸਰਹੱਦ ਤੇ ਲੈ ਕੇ ਪਹੁੰਚ ਗਏ ਸ ਤੇ ਜਿੱਥੇ ਉਨ੍ਹਾਂ ਦੇ ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀ ਦੀ ਕਾਗਜ਼ੀ ਕਾਰਵਾਈ ਕਰਨ ਉਪਰੰਤ ਪਾਕਿਸਤਾਨ ਦੇ ਵੱਲ ਰਵਾਨਾ ਕਰ ਦਿੱਤਾ ਗਿਆ ਬਰਨਾਲਾ ਵਿੱਚ ਵਾਪਰੇ ਦਰਦਨਾਕ ਹਾਰ ਸਿੱਧ ਦਰਾਨ ਵਿਅਕਤੀ ਦੀ ਮੌਤ ਹੋ ਤਾਂ ਦੋਸਤਾਂ ਅਣਪਛਾਤੇ ਬਹਾਂ ਦੇ ਬਲੂ ਮੋਟਰਸਾਈਕਲ ਵਿੱਚ ਟੱਕਰ ਅਮਾਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬਰਨਾਲਾ ਦੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਕੋਲ ਹਰਪ੍ਰੀਤ ਸਿੰਘ ਵਾਸੀ ਰੰਗਣਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਦੋਸਤ ਦਵਿੰਦਰ ਸਿੰਘ ਵਾਸੀ ਰੰਗਣਾ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਪਰ ਜਦੋਂ ਉਹ ਦੋਵੇਂ 0.83 ਵਾਲ ਰੂਡ ਬਰਨਾਲਾ ਪੁਜੇ ਤੱਕ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਲਾਪਰਵਾਹੀ ਦੇ ਨਾਲ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ ਤੇ ਦੋਵਾਂ ਨੂੰ ਇਲਾਜ ਦੇ ਲਈ ਸਿਬਲਾ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦਵਿੰਦਰ ਸਿੰਘ ਨੂੰ ਮਰਤਕ ਅਕਰਾਰ ਦਿੱਤਾ ਅਤੇ ਮੁਦਈ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰਕੇ ਉਹਦੀ ਭਾਲ ਸ਼ੁਰੂ ਕਰ ਦਿੱਤੀ ਹੈ ਸੋਨੇ ਦੀ ਕੀਮਤ ਵਿੱਚ ਆ ਭਾਰੀ ਗਰਾਵਟ ਇਨਾ ਸਸਤਾ ਹੋਇਆ ਸੋਨਾ ਜੀ ਹਾਂ ਦੋਸਤੋ ਕਈ ਹਫ਼ਤਿਆਂ ਦੇ ਬਾਅਦੇ ਤੋਂ ਬਾਅਦ ਸੋਨੇ ਦਾ ਰੁਝਾਨ ਹੁਣ ਹੇਠਾਂ ਵੱਲ ਹੈ ਤੇ ਸੋਨਾ ਅੱਜ ਫਿਰ ਸਸਤਾ ਹੋ ਗਿਆ ਐਮਸੀਐਕਸ ਤੇ ਸੋਨੇ ਦੀਆਂ ਕੀਮਤਾਂ ਵਿੱਚ ਗਰਾਵਟ ਦਰਜ ਕੀਤੀ ਗਈ ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਸੋਨਾ 56824 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਸੀ ਚਾਂਦੀ ਦੀ ਕੀਮਤਾ 68859 ਰੁਪਏ ਪ੍ਰਤੀ ਕਿਲੋਗ੍ਰam ਤੇ ਚੱਲ ਰਹੀ ਸੀ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ ਵਿੱਚ ਆਕ੍ਰਿਬ 600 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਪਰਚੂਨਾ ਵਿਕਰੀ ਤੋਂ ਬਾਅਦ ਬਹੁਤ ਬਾਰ ਨੂੰ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ ਹੈ ਸੀਐਮ ਮਾਨ ਦਾ ਵੱਡਾ ਐਲਾਨ ਜਲਦ ਸ਼ੁਰੂ ਹੋਵੇਗੀ ਸਰਕਾਰ ਟਾਡੇ ਦਵਾਰ ਜੋ ਇਹਨਾ ਜਾਣੋ ਅਸਦੀ ਖਾਸियत ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰਿਵਾਲਾ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਮਰਸਰ ਬੇਕੇ ਪੰਜਾਬ ਦੇ ਵਿੱਚ ਖੁੱਲਣ ਵਾਲੇ 400 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਤੇ ਇਸ ਮੌਕੇ ਉਹਨਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰਾ ਸਿੰਘ ਵੀ ਹਾਜ਼ਰ ਸਨ ਤੇ ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਅੱਜ ਅਸੀਂ ਇੱਥੇ ਨਾ ਤਾਂ ਸ਼ਕਤੀ ਪਰ ਦਰਸ਼ਨ ਕਰਨ ਆਏ ਹਾਂ ਤੇ ਨਾ ਹੀ ਰਾਜਨੀਤਿਕ ਰੈਲੀ ਕਰਨ ਦੇ ਲਈ ਆਏ ਹਾਂ ਉਹਨਾਂ ਨੇ ਕਹਿ ਕੇ ਸਰਕਾਰ ਬਣ ਤੋਂ ਪਹਿਲਾਂ ਆਪਨੇ ਪ੍ਰਚਾਰਕ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਇਲਾਜ ਇਲਾਜ ਕਰਵਾਉਣ ਦੇ ਲਈ ਸ਼ਾਨਦਾਰ ਹਸਪਤਾਲਾਂ ਤੇ ਮੁਫਤ ਇਲਾਜ ਦੀ ਸਹੂਲਤਾ ਦਿੱਤੀ ਜਾਵੇਗੀ ਤੇ ਅੱਜ ਉਹਦੇ ਇੱਕ ਹਿੱਸੇ ਦੀ ਸ਼ੁਰੂਆਤ ਹੋਈ ਹੈ ਤੇ ਅਸ ਤੋਂ ਪਹਿਲਾਂ 100 ਮਹੱਲਾ ਕਲੀਨਿਕਾਂ ਕਾ 15 ਅਗਸਤ ਨੂੰ ਲੋਕਾਂ ਨੂੰ ਸਮਰਪਿਤ ਕੀਤੇ ਗਏ ਸਨ ਤੇ ਅੱਜ 400 ਆਮ ਆਦਮੀ ਕਲੀਨਿਕ ਦਾ ਹੂਰਾ ਸਮਰਪਤ ਕੀਤਾ ਗਿਆ ਹੰਤੇ ਭਗਵੰਤ ਮਾਨ ਦੱਸਿਆ ਕਿ ਸਰਕਾਰ ਦੇ ਵੱਲੋਂ ਜਲਦ ਹੀ ਸਰਕਾਰ ਤੁਹਾਡੇ ਦੁਆਰ ਦੇ ਨਾਲ ਇੱਕ ਹੋਰ ਐਜੋਇਨਾ ਸ਼ੁਰੂ ਕੀਤੀ ਜਾਵੇਗੀ ਜਿਹਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਿੰਡ ਵਿੱਚ ਹੀ ਕੀਤਾ ਜਾਵੇਗਾ ਸਰਕਾਰ ਤੁਹਾਡੇ ਦੁਆਰ ਦੇ ਨਾਲ ਸ਼ੁਰੂ ਹੋਵੇਗੀ ਜੋਇਨਾ ਮਾਨਯੋ ਦੱਸਿਆ ਕਿ ਹਫਤੇ ਵਿੱਚ ਦੋ ਵਾਰ ਜ਼ਿਲ੍ਹੇ ਦਾ ਡੀਸੀ ਐਸਡੀਐਮ ਅਤੇ ਏਡੀਸੀ ਆਣੇ ਦੁਬਾਰੇ ਦੇ ਪਿੰਡਾਂ ਵਿੱਚ ਜਾ ਕੇ ਪਿੰਡ ਵਿੱਚ ਬੈਠਣਗੇ ਤੇ ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਤੇ ਨਾਲ ਆਪਣੇ ਕੰਪਿਊਟਰ ਵੀ ਲੈ ਕੇ ਜਾਣਗੇ ਇਸ ਨੂੰ ਅਸੀਂ ਸਰਕਾਰ ਤੁਹਾਡੇ ਦਵਾਰ ਦਾ ਨਾਂ ਦਿੱਤਾ ਹੈ ਤੇ ਇਹਦੇ ਤਹਿਤ ਲੋਕਾਂ ਨੂੰ ਘਰ ਵਿੱਚ ਹੀ ਸਹੂਲਤ ਮਿਲਗੇ ਤੇ ਉਹਨਾਂ ਨੂੰ ਕਿਤੇ ਵੀ ਜਾਣਾ ਨਹੀਂ ਪਏਗਾ ਤੇ ਮੁੱਖ ਮੰਤਰੀ ਮਾਨ ਦੱਸਦਾ ਕਿ ਜਲਦ ਹੀ ਇਹ ਜੋ ਇਹ ਨਾ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਅੰਬਾਲਾ ਚ ਬੇਆਦਬੀ ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਚੋਰਾ ਕਿਰਪਾਨ ਦੇ ਨਾਲ ਤੋੜੀ ਗੋਲਕ ਜੀ ਆਂ ਦੋਸਤੋ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਸਿੰਘ ਸਭਾ ਦੇ ਵਿੱਚ ਬੇਆਰਬੀ ਦਾ ਮਾਮਲਾ ਸਾਹਮਣੇ ਹੈ ਦਰਅਸਲ ਇੱਕ ਚੋਰ ਹੈ ਜੁੱਤੀ ਪਾ ਕੇ ਗੁਰਦੁਆਰੇ ਵਿੱਚ ਦਾਖਲ ਹੋ ਗਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖੀ ਕਿਰਪਾਨ ਦੇ ਨਾਲ ਗੋਲਕ ਤੋੜ ਦਿੱਤੀ ਇੰਨਾ ਹੀ ਨਹੀਂ ਉਹ ਗੋਲਾਕਾ ਲਾਊਡਰ ਸਪੀਕਰਾਂ ਤੇ ਇਲੈਕਟ੍ਰਿਕ ਚੁੱਲਾ ਚੁੱਕ ਕੇ ਫਰਾਰ ਹੋ ਗਿਆ ਇਹ ਸਾਰੀ ਜਿਹੜੀ ਘਟਨਾ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਾ ਵਿੱਚ ਆ ਕੈਦ ਹੋ ਗਈ ਹੈ ਤੇ ਗੁਰਦੁਆਰਾ ਸਭਾ ਕਮੇਟੀ ਦੇ ਪ੍ਰਧਾਨ ਦੀ ਸ਼ਿਕਾਇਤ ਤੇ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਰਾਣੇ ਸਟਾਮਪ ਪੇਪਰਾਂ ਦੇ ਨਾਲ ਫਰਜੀ ਵਾੜਾ ਵਕਰੇਤਾ 500 ਰੁਪਏ ਵਾਲੇ ਪੇਪਰ ਵੇਚ ਰਹੇ ਹਨ 10000 ਰੁਪਏ ਵਿੱਚ ਤਾਂ ਦੋਸਤੋ ਪੰਜਾਬ ਦੇ ਵਿੱਚ ਪੁਰਾਣੇ ਸਟਾਮਪ ਪੇਪਰਾਂ ਦੇ ਨਾਲ ਫਰਜੀ ਬਾੜਾ ਹੋ ਰਿਆ ਤੇ ਸਰਕਾਰ ਨੇ ਇਹ ਸਭ ਫਰਜੀ ਬਾੜੇ ਨੂੰ ਬੰਦ ਕਰਨ ਦੇ ਲਈ ਆਨਲਾਈਨ ਸਟਾਮਪ ਪੇਪਰ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਪਰ ਜਿਨ੍ਹਾਂ ਸਟਾਮਪ ਵੈਂਡਰਾਂ ਨੇ ਪੁਰਾਣੇ ਸਟਾਮਪ ਪੇਪਰਾਂ ਦਾ ਸਟਾਕ ਸੰਭਾਲ ਕੇ ਰੱਖਿਆ ਤੇ ਉਹ ਰੋਜ਼ ਲੱਖਾਂ ਰੁਪਏ ਛਾਪ ਰਹੇ ਹੁੰਦੇ ਜਿਹਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗ ਰਿਹਾ ਹੈ ਤਹਿਸੀਲਾਂ ਦੇ ਵਿੱਚ ਬੈਠੇ ਸਟਾਮਪ ਪੇਪਰ ਵਕਰੇਤਾ ਰੋਜ਼ ਲੱਖਾਂ ਰੁਪਏ ਦੀ ਕਾਲੀ ਕਮਾਈ ਕਰ ਰਹੇ ਹਨ ਤੇ ਪੁਰਾਣੇ ਸਟਾਕ ਦੇ ਵਿੱਚ ਪਾਈ ਸਟਾਮਪ ਪੇਪਰਾਂ ਨੂੰ ਉਹ ਬਲੈਕ ਮਾਰਕਿਟ ਵਿੱਚ ਵੇਚ ਰਹੇ ਹੰਤੇ ਇਸ ਪਿੱਛੇ ਕਾਰਨ ਹੈ ਕਿ ਜੇਸਾ ਵਿਅਕਤੀ ਨੇ ਪ੍ਰਾਣੀ ਤਰੀਕ ਵਿੱਚ ਕੋਈ ਫਰਜੀ ਬਣਾ ਕਰਨਾ ਹੁੰਦਾ ਹੈ ਤਾਂ ਉਸ ਨੂੰ ਖਾਲੀ ਸਟਾਮਪ ਪੇਪਰ ਵੀ ਫਿਰ ਉਸੇ ਤਰੀਕ ਦਾ ਚਾਹੀਦਾ ਹੁੰਦਾ ਹੈ ਤੇ ਦੂਜੇ ਪਾਸੇ ਸਰਕਾਰੀ ਕੇਂਦਰਾਂ ਦੇ ਵਿੱਚ ਆਨਲਾਈਨ ਸਟਾਮਪ ਪੇਪਰ ਉਸੇ ਤਰੀਕ ਦੇ ਵਿੱਚ ਮਿਲਦਾ ਹੈ ਤੇ ਅਜਾਹੇ ਵਿੱਚ ਸਟਾਮਪ ਪੇਪਰ ਬਕਰੀਤਾ 500 ਵਾਲਾ ਪੇਪਰ 10000 ਰੁਪਏ ਵਿੱਚ ਵੇਚ ਰਹੇ ਹੰਤੇ ਹੁਣ ਅਜਾਹੇ ਲੋਕਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ 28 ਜਨਵਰੀ ਤੋਂ ਨਵਾਂ ਪੱਛਮੀ ਵੀ ਖੂਬ ਸਰਗਰਮ 29 ਅਤੇ 30 ਜਨਵਰੀ ਨੂੰ ਦਿਖੇਗਾ ਅਸਰ ਤਾਂ ਦੋਸਤੋ ਭਾਰਤ ਦੇ ਕਈ ਸੂਬਿਆਂ ਵਿੱਚ ਕੱਲ ਜਾਨੀ ਕਿ 26 ਜਨਵਰੀ ਤੋਂ ਹੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਮੌਸਮਾ ਵਿਭਾਗ ਦੇ ਮੁਤਾਬਕ ਅੱਜ ਮੈਦਾਨੀ ਇਲਾਕਿਆਂ ਵਿੱਚ بارش ਅਤੇ ਪਹਾੜੀ ਇਲਾਕਿਆਂ ਵਿੱਚ ਬਰਬਾਰੀ ਹੋ ਸਕਦੀ ਹੈ ਹਾਲਾਂਕਿ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਬੱਦਲਵਾਈ ਦੇ ਨਾਲ ਹਲਕੀ ਤੋਂ ਦਰਮਿਆਨੀ بارش ਦੇਖਣ ਨੂੰ ਮਿਲ ਸਕਦੀ ਹੈ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ 28 ਜਨਵਰੀ ਤੋਂ ਇੱਕ ਤਾਜ਼ਾ ਪੱਛਮੀ ਗੜਬੜੀ ਉੱਤਰੀ ਪੱਛਮੀ ਭਾਰਤ ਦੇ ਰਾਜਾਂ ਨੂੰ ਪ੍ਰਭਾਵਿਤ ਕਰੇਗੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦਿਆਂ ਦੋ ਪਹਨਾਂ ਦੇ ਵਿੱਚੋਂ ਇੱਕ ਦੀ ਫੀਸ ਜੁਪੀ ਸਰਕਾਰ ਭਰੇਗੀ ਤਾਂ ਦੋਸਤੋ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਪੀਆਂ ਦੇ ਸੱਖਿਆ ਦੇ ਲਈ ਵੱਡੇ ਸਕੀਮਾਂ ਲਿਆ ਰਹੀ ਆ ਜੇਕਰ ਦੋ ਪੈਣਾ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਹਨ ਤਾਂ ਇੱਕ ਦੀ ਫੀਸ ਜੋਗੀ ਸਰਕਾਰ ਦੇਵੇਗੀ ਮਤਲਬ ਇੱਕ ਬੇਟੀ ਮੁਫਤ ਪੜ੍ਹੇਗੀ ਜੋਗੀ ਸਰਕਾਰ ਆਪਣੇ ਅਗਲੇ ਬਜਟ ਦੇ ਵਿੱਚ ਇਸ ਦੇ ਲਈ ਬਵਸਤਾ ਲਿਆਉਂਦੀ ਤਿਆਰੀ ਕਰ ਰਹੀ ਆ ਤੇ ਇਸ ਸਕੀਮ ਦੇ ਤਹਿਤ ਪ੍ਰਾਇਮਰੀ ਅਪਰ ਪ੍ਰਾਇਮਰੀ ਅਤੇ ਸਕੈਂਡਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਲਾਭ ਮਿਲੇਗਾ